ਸਾਰਿਆਂ ਨੂੰ ਅੱਜ ਹੈਗਾ 31st ਆਫ ਡਿਸੰਬਰ ਲਾਸਟ ਡੇ ਆਫ ਦਿਸ ਈਅਰ ਬਹੁਤ ਔਖਾ ਸਾਲ ਲੰਘਿਆ ਸੀਰੀਅਸਲੀ ਸਾਰਿਆਂ ਦਾ ਹੀ ਬਹੁਤ ਔਖਾ ਸਾਲ ਲੰਘਿਆ ਸੋ ਬਾਬਾ ਜੀ ਹੋਪ ਸੋ ਅਗਲਾ ਸਾਲ ਬਹੁਤ ਵਧੀਆ ਲੈ ਕੇ ਆਉਣ ਤੇ ਆਪਾਂ ਨੂੰ ਬਹੁਤ ਸਾਰੀਆਂ ਤਰੱਕੀਆਂ ਦੇਣ ਸਭ ਦੀਆਂ ਮਨੋਕਾਮਨਾ ਬਾਬਾ ਜੀ ਅਗਲੇ ਸਾਲ ਪੂਰੀਆਂ ਕਰ ਦੇਣ ਹਨਾ ਆਈ ਹੋਪ ਕਿ ਅਗਲਾ ਸਾਲ ਬਹੁਤ ਅੱਛਾ ਜਾਣ ਵਾਲਾ ਬਿਕਾਜ਼ 2024 ਆ ਸ਼ਨੀ ਦਾ ਸਾਲ ਆ ਜਿਹੇ ਜਿਹਾ ਤੁਸੀਂ ਕਰਮ ਕਰੋਗੇ ਉਹੇ ਜੇ ਕਰਮ ਦੇ ਫਲ ਤੁਹਾਨੂੰ ਮਿਲਣਗੇ ਦੈਟਸ ਇਟ ਸ਼ਨੀ ਇਹੀ ਨੇ ਕਰਮ ਫਲਦਾਤਾ ਨੇ ਜੋ ਕਰਮ ਆਪਾਂ ਕਰਾਂਗੇ ਅਗਲੇ ਸਾਲ ਉਹ ਕਰਮ ਦੇ ਫਲ ਆਪਾਂ ਨੂੰ ਮਿਲਣਗੇ ਸੋ ਬੈਟਰ ਟਰਾਈ ਕਰਿਓ ਅੱਛੇ ਕਰਮ ਕਰਿਓ ਅਗਲੇ ਸਾਲ ਰੈਜ਼ੋਲੂਸ਼ਨ ਜ਼ਰੂਰ ਲਿਓ 1 ਜਨਵਰੀ ਨੂੰ ਮੈਂ ਵੀ ਰੈਜ਼ੋਲੂਸ਼ਨ ਲਊਂਗੀ ਮੈਂ ਤੁਹਾਨੂੰ ਜ਼ਰੂਰ ਦਿਖਾਉਂਗੀ ਕਿ ਮੈਂ ਕੀ ਰੈਜ਼ੋਲੂਸ਼ਨ ਲਿਆ ਸੋ ਨਵੇਂ ਕੰਮ ਸ਼ੁਰੂ ਕਰਾਂਗੇ ਜਨਵਰੀ ਤੋਂ ਉਹ ਵੀ ਤੁਹਾਨੂੰ ਦੱਸ ਚੁੱਕੀ ਹਾਂ ਹਨਾ ਟਰਾਈ ਕਰਾਂਗੇ ਤੁਹਾਨੂੰ ਬੈਸਟ ਦੇ ਸਕੀਏ ਬਲੌਗਸ ਦੇ ਵਿੱਚ ਵੀ ਤੇ ਬੁਟੀਕ ਦੇ ਵਿੱਚ ਵੀ ਹਨਾ ਹੁਣ ਅੱਜ ਲਾਸਟ ਡੇ ਸਾਰਾ ਦਿਖਾ ਦੂੰਗੀ ਤੁਹਾਨੂੰ ਸ਼ਾਮ ਨੂੰ ਲਾਸਟ ਡੇ ਆ ਪੂਰਾ ਦਿਖਾਉਂਗੀ ਕੀ ਕੀਤਾ ਅੱਜ ਮੈਂ ਲਾਸਟ ਡੇ ਬਿਕੋਜ਼ ਅੱਜ ਮੈਂ ਕੁਛ ਚੇਂਜਸ ਕਰਨੀਆਂ ਨੇ ਲੁੱਕਸ ਚੇਂਜਸ ਕਰਨੀਆਂ ਨੇ ਸੋ ਦੈਟ ਨਵੇਂ ਸਾਲ ਤੇ ਉਹ ਚੇਂਜਸ ਅਸੈਪਟ ਕਰਨੀਆਂ ਨੇ ਟਰਾਈ ਕਰਿਓ ਕਿ ਅਗਲੇ ਸਾਲ ਆਪਾਂ ਕੁਛ ਕੁ ਚੇਂਜਸ ਅਸੈਪਟ ਕਰੀਏ ਜੋ ਜੋ ਆਪਣੀ ਲਾਈਫ ਦੇ ਵਿੱਚ ਚੇਂਜਸ ਆਉਣਗੀਆਂ ਐਂਡ ਰੈਜ਼ੋਲੂਸ਼ਨ ਜ਼ਰੂਰ ਲਿਓ ਰੈਜ਼ੋਲੂਸ਼ਨ ਲੈਣ ਨਾਲ ਨਾ ਰੈਜ਼ੋਲੂਸ਼ਨ ਮਤਲਬ ਪ੍ਰਣ ਵੀ ਆਹ ਚੀਜ਼ ਦਾ ਪ੍ਰਣ ਹਨਾ ਰੈਜ਼ੋਲੂਸ਼ਨ ਜ਼ਰੂਰ ਲਿਓ ਸੋ ਦੈਟ ਵੀ ਜਿਵੇਂ ਹੁਣ ਮੈਂ ਰੈਜ਼ੋਲੂਸ਼ਨ ਲਊਂਗੀ ਕਿ ਮੈਂ ਕੱਲ੍ਹ ਤੋਂ ਡੈਫੀਨੇਟਲੀ ਬੁਟੀਕ ਨੂੰ ਜ਼ਿਆਦਾ ਟਾਈਮ ਦੇਣਾ ਐਂਡ ਮੈਂ ਆਪਣਾ ਘਰ ਵੀ ਓਨਾ ਹੀ ਸਾਂਭਣਾ ਜਿੰਨਾ ਬੁਟੀਕ ਪਰ ਮੈਂ ਟਾਈਮ ਮੈਨੇਜ ਕਰਕੇ ਚੱਲਣਾ ਕਿ ਮੈਂ 9 o'clock ਤੱਕ ਆਪਣੀ ਕਿਚਨ ਡੈਫੀਨੇਟਲੀ ਨਿਬੇੜ ਕੇ ਤੇ ਆਪਣਾ ਨਹਾ ਧੋ ਕੇ ਰੈਡੀ ਹੋ ਕੇ ਮੈਂ ਐਜ਼ ਅ ਪ੍ਰੋਫੈਸ਼ਨਲ ਬੁਟੀਕ ਵਾਂਗ ਬੁਟੀਕ ਤੇ ਬਹਿਣਾ ਠੀਕ ਹੈ ਇਹ ਕੱਲ੍ਹ ਦਾ ਰੈਜ਼ੋਲੂਸ਼ਨ ਹੋਊਗਾ ਲਵਾਂਗੇ ਆਪਾਂ ਕੱਲ੍ਹ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਰੈਜ਼ੋਲੂਸ਼ਨ ਅੱਜ ਤਿਆਰੀਆਂ ਕਰਦੇ ਹਾਂ ਨਵੇਂ ਸਾਲ ਦੀਆਂ ਇੰਜੋਏ ਕਰਾਂਗੇ ਰਾਤ ਨੂੰ ਨਵਾਂ ਸਾਲ ਦੇਖਦੇ ਹਾਂ ਵੀ ਬਾਹਰ ਘੁੰਮ ਕੇ ਆਉਂਦੇ ਹਾਂ ਇੰਜੋਏ ਕਰਕੇ ਆਉਂਦੇ ਹਾਂ ਜਾਂ ਘਰੇ ਮਨਾਉਂਦੇ ਹਾਂ ਇਹ ਤੁਹਾਨੂੰ ਦਿਖਾਉਂਦੇ ਹਾਂ ਇਸ ਬਲੌਗ ਦੇ ਵਿੱਚ ਪਲੀਜ਼ ਬਲੌਗ ਦੇ ਵਿੱਚ ਬਣੇ ਰਹੋ ਸੋ ਫਾਈਨਲੀ ਪਛਾਣੋ ਕੌਣ ਸਾਲ ਐਂਡ ਤਾਂ ਆਪਣੀ ਲੁੱਕ ਵੀ ਐਂਡ ਠੀਕ ਹੈ ਨਵੀਂ ਲੁੱਕ ਕਰੀ ਹੈ ਦੱਸ ਦੇਖਦੇ ਹਾਂ ਸੂਟਸ ਨਾਲ ਸੂਟ ਕਰਦੀ ਹੈ ਜਾਂ ਨਹੀਂ ਜੀਨਸ ਨਾਲ ਤਾਂ ਸੂਟ ਕੀਤੀ ਆ ਹਨਾ ਸੋ ਅੱਜ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਐਂਡ ਡੇ ਕਿੱਦਾਂ ਸੈਲੀਬ੍ਰੇਟ ਕੀਤਾ ਔਰ ਕੀ ਕੀਤਾ ਹੋਪ ਸੋ ਅਸੀਂ ਟਰਾਈ ਕਰਾਂਗੇ ਵੀ ਅਸੀਂ ਬਾਹਰ ਥੋੜ੍ਹੀ ਬਸ ਘੁੰਮ ਕੇ ਹੀ ਆਈਏ ਅਸੀਂ ਹਮੇਸ਼ਾ ਮੰਮੀ ਨਾਲ ਹੀ ਸੈਲੀਬ੍ਰੇਟ ਕਰਦੇ ਹੁੰਦੇ ਹਾਂ ਅਸੀਂ ਟਰਾਈ ਕਰਾਂਗੇ ਵੀ ਬਾਹਰ ਜਸਟ ਘੁੰਮ ਫਿਰ ਕੇ ਲੈ ਕੇ ਆ ਜਾਵਾਂਗੇ ਅਤੇ ਖਾਵਾਂਗੇ ਆ ਕੇ ਮੰਮੀ ਨਾਲ ਸੈਲੀਬ੍ਰੇਟ ਮੰਮੀ ਨਾਲ ਕਰਾਂਗੇ ਪਿਛਲਾ ਨਿਊ ਈਅਰ ਵੀ ਅਸੀਂ ਮੰਮੀ ਨਾਲ ਹੀ ਸੈਲੀਬ੍ਰੇਟ ਕੀਤਾ ਸੀਗਾ ਅਸੀਂ ਮੰਮੀ ਨਾਲ ਕੈਂਡਲ ਲਾਈਟ ਡਿਨਰ ਕਰਦੇ ਹੁੰਦੇ ਹਾਂ ਅੱਜ ਵੀ ਮੰਮੀ ਦੇ ਨਾਲ ਹੀ ਸੈਲੀਬ੍ਰੇਟ ਕਰਾਂਗੇ ਸੋ ਹਨਾ ਅਮਨ ਜੀ ਆ ਫਿਰਦੀ ਹੈ ਹਨੀਤ ਹਨੀਤ ਨੇ ਹਲੇ ਰੈਡੀ ਹੋਣਾ ਮੰਮਾ ਉਹਦੀ ਆਲਰੇਡੀ ਰੈਡੀ ਹੈ ਤੇ ਅਮਨ ਆਪਾਂ ਪਿਛਲਾ ਸਾਲ ਵੀ ਮੰਮੀ ਨਾਲ ਸੈਲੀਬ੍ਰੇਟ ਕੀਤਾ ਸੀਗਾ ਇਸ ਵਾਰ ਵੀ ਘਰੇ ਹਨਾ ਮੰਮੀ ਨਾਲ ਬਿਕੋਜ਼ ਮੰਮੀ ਇਕੱਲੇ ਰਹਿ ਜਾਂਦੇ ਹੁੰਦੇ ਨੇ ਫਿਰ ਅਸੀਂ ਇਸ ਕਰਕੇ ਛੇਤੀ ਵਾਪਸ ਆ ਜਾਂਦੇ ਹੁੰਦੇ ਹਾਂ ਸਿਰਫ ਇੱਕ ਗੇੜੀ ਜੀ ਲਗਾ ਕੇ ਵੀ ਮੰਮੀ ਨਾਲ ਸੈਲੀਬ੍ਰੇਟ ਕਰਾਂਗੇ ਫਿਰ ਅਸੀਂ ਗਾਣੇ ਗੁਣੇ ਉਰੇ ਘਰੇ ਲਾ ਕੇ ਫੁੱਲ ਔਨ ਇੰਜੋਏ ਕਰਦੇ ਹਾਂ ਹੋ ਗਏ ਆਪਾਂ ਰੈਡੀ ਚੱਲਾਂਗੇ ਹੁਣ ਥੋੜ੍ਹੀ ਜਿਹੀ ਸੈਲੀਬ੍ਰੇਸ਼ਨ ਕਰਨ ਕਿ 2023 ਨੂੰ ਬਾਏ ਬਾਏ ਕਰਨ ਅਤੇ 2024 ਨੂੰ ਵੈਲਕਮ ਕਰਨ ਸੈਲੀਬ੍ਰੇਟ ਕਰਨ ਸੋ ਦੈਟ ਇੱਦਾਂ ਹੀ ਖੁਸ਼ੀਆਂ ਭਰਿਆ ਸਾਲ ਆਵੇ ਆਪਾਂ ਖੁਸ਼ ਹੋ ਕੇ ਉਹਨੂੰ ਵੈਲਕਮ ਕਰਾਂਗੇ ਜਿਵੇਂ ਹੱਸ ਕੇ ਮੈਂ ਨਾ ਅੱਜ ਸ਼ਾਰਟਸ ਦੇਖ ਰਹੀ ਸੀ ਉਹਦੇ 'ਚ ਕਿਸੇ ਨੇ ਕਿਹਾ ਹੋਇਆ ਸੀ ਕਹਿੰਦੇ ਯਾਰ 2024 ਨੂੰ ਆਪਾਂ ਨੂੰ ਜਾ ਕੇ ਲੈ ਕੇ ਆਉਣਾ ਪਊਗਾ ਕਿ ਉਹ ਆਪੇ ਹੀ ਆ ਜੂਗਾ ਜਾਂ ਆਟੋ 'ਚ ਜਾ ਕੇ ਲੈ ਕੇ ਆਉਣਾ ਪਊਗਾ ਲਾਈਕ ਦੈਟ ਹੁਣ ਅਸੀਂ ਲੈਣ ਚੱਲੇ ਹਾਂ 2024 ਨੂੰ ਹੈ ਨਾ ਵੈਲਕਮ ਕਰਨ 12 ਵਜੇ ਵਿਸ਼ ਹੋਊਗੀ ਸਾਰਿਆਂ ਨੂੰ ਅੱਜ ਮੈਂ 12 ਵਜੇ ਵੀ ਅਪਲੋਡ ਕਰੂੰਗੀ ਆਪਣੀ ਸਾਰੀ ਫੈਮਿਲੀ ਨਾਲ ਮਤਲਬ ਸੈਲੀਬ੍ਰੇਟ ਕਰਨਾ ਚਾਹੁੰਦੀ ਹਾਂ ਮੈਂ ਯੂਟਿਊਬ ਦੇ ਵਿੱਚ ਅਪਲੋਡ ਕਰੂੰਗੀ ਇੱਕ 2022 ਹੈਪੀ ਨਿਊ ਈਅਰ ਸਾਰਿਆਂ ਲਈ ਸੋ ਇੱਥੇ ਚੱਲੇ ਹਾਂ ਹੁਣ ਆਪਾਂ ਸੈਲੀਬ੍ਰੇਟ ਕਰਨ ਸੈਲੀਬ੍ਰੇਟ ਨਹੀਂ ਕਰਨ ਚੱਲੇ ਹੈਗੇ ਵੀ ਥੋੜ੍ਹਾ ਜਿਹਾ ਚੱਲ ਬੱਚੇ ਘੁੰਮ ਫਿਰੇ ਆਉਣਗੇ ਕਹਿੰਦੇ ਸੈਲੀਬ੍ਰੇਸ਼ਨ ਮਾਲ ਦੇਖ ਕੇ ਆਉਣਾ ਸੈਲੀਬ੍ਰੇਸ਼ਨ ਗੁਰਪ੍ਰਤਾਪ ਨੂੰ ਬਹੁਤ ਆ ਵੀ ਅਸੀਂ ਦੇਖ ਕੇ ਆਈਏ ਹੈ ਨਾ ਅਤੇ ਉੱਥੇ ਚੱਲੇ ਹਾਂ ਅਤੇ ਖਾਣ ਪੀਣ ਨੂੰ ਤਾਂ ਅਸੀਂ ਘਰੇ ਲੈ ਕੇ ਆਵਾਂਗੇ ਵੀ ਬਿਕੋਜ਼ ਮੰਮੀ ਨਾਲ ਕਰਾਂਗੇ ਅਤੇ ਇਹ ਮੇਰੀਆਂ ਕੁਛ ਕੁ ਮੈਮਰੀਜ਼ ਦੇਖੋ ਬਹੁਤ ਪਿਆਰੀਆਂ ਮੈਮਰੀ ਸਿਲੈਕਟ ਕੀਤੀਆਂ ਨੇ ਮੈਂ ਪਿਛਲੇ ਸਾਲ 'ਚੋਂ ਮੇਰੀ ਡਾਇਨਾ ਸਭ ਤੋਂ ਬੈਸਟ ਮੇਰੀ ਮੈਮਰੀ ਇਹ ਹੈ ਇਹ ਨਿੱਕੀ ਜਿਹੀ ਜਦੋਂ ਆਈ ਸੀਗੀ ਨਾ ਮੇਰੇ ਹੱਥੀਂ ਆਈ ਸੀ ਮੈਂ ਇੰਨਾ ਇਹਨੂੰ ਪਿਆਰ ਕਰਦੀ ਹਾਂ ਇੰਨਾ ਮਤਲਬ ਹੁਣ ਵੀ ਬਹੁਤ ਮਿਸ ਕਰਦੀ ਹਾਂ ਡਾਇਨਾ ਨੂੰ ਅਤੇ ਜਿਸ ਦਿਨ ਇਹਦੀ ਡੈਥ ਹੋਈ ਸੀਗੀ ਨਾ ਸਭ ਤੋਂ ਪਹਿਲਾਂ ਮੈਂ ਦੇਖਿਆ ਸੀਗਾ ਇਹਨੂੰ ਹੈ ਨਾ
ਤੇ ਇਹ ਲਾਸਟ ਈਅਰ ਦੀ ਸਭ ਤੋਂ ਪੂਅਰ ਮੈਮਰੀ, ਇੱਕ ਗੁੱਡ ਮੈਮਰੀ ਇੱਕ ਪੂਅਰ ਮੈਮਰੀ ਕਿ ਅਮਨ ਬਹੁਤ ਬਿਮਾਰ ਸੀਗੇ। ਦੇਖੋ ਅਮਨ ਦੀ ਹੈਲਥ ਤੇ ਅਮਨ ਦੀ ਹੈਲਥ ਕਿੰਨੀ ਵੀਕ ਸੀਗੀ, ਹੁਣ ਤਾਂ ਅਮਨ ਨੇ ਬਹੁਤ ਰਿਕਵਰ ਕਰ ਲਿਆ। ਆਹ ਅਮਨ ਦੀ ਉਦੋਂ ਦੀ ਫੋਟੋ ਹੈ ਅਮਨ ਦੇ ਬਰਥਡੇ ਦੀ, ਲਾਸਟ ਟੂ ਲਾਸਟ ਈਅਰ ਦੀ, ਹੈ ਨਾ, ਨਹੀਂ ਲਾਸਟ ਈਅਰ ਦੀ, ਆਹੀ ਈਅਰ ਦੀ, ਸੋਰੀ ਆਹੀ ਈਅਰ ਦੀ ਹੈ। ਬਹੁਤ ਜ਼ਿਆਦਾ ਪਤਲੇ ਸੀ ਉਸ ਟਾਈਮ ਅਮਨ, ਅਤੇ ਮਤਲਬ ਇੰਨਾ ਜ਼ਿਆਦਾ ਪਤਲੇ ਸੀਗੇ, ਬਹੁਤ ਔਖਾ ਹੋ ਗਿਆ ਸੀਗਾ ਅਮਨ ਦਾ, ਇੰਨਾ ਮਤਲਬ ਕੋਈ ਸ਼ਰਟ ਨਹੀਂ ਆਉਂਦੀ ਸੀ, ਕੋਈ ਕੱਪੜਾ ਨਹੀਂ ਆਉਂਦਾ ਸੀ, ਬਹੁਤ ਜ਼ਿਆਦਾ ਢਿੱਲੇ ਸੀ। ਹੁਣ ਤਾਂ ਬਹੁਤ ਰਿਕਵਰ ਕਰ ਲਿਆ। ਇੱਥੇ ਅਮਨ ਦਾ ਵੇਟ 48 kg ਰਹਿ ਗਿਆ ਸੀਗਾ, ਜਦਕਿ ਟੱਚ ਵੁੱਡ ਆ ਹੁਣ ਅਮਨ ਨੇ ਰਿਕਵਰ ਕਰਕੇ 62 kg ਹੋ ਗਿਆ ਅਮਨ ਦਾ ਵੇਟ। ਬਹੁਤ ਮਤਲਬ ਬਹੁਤ ਰਿਕਵਰ ਕਰਨ ਲਈ ਅਮਨ ਨੇ ਦਵਾਈਆਂ ਵੀ ਖਾਧੀਆਂ ਨੇ, ਬਹੁਤ ਕੁਛ ਹੋਇਆ। ਬਿਕੋਜ਼ ਮੈਂ ਤੁਹਾਨੂੂੰ ਦੱਸਿਆ ਸੀਗਾ ਵੀ ਲਿਵਰ 'ਚ ਇਨਫੈਕਸ਼ਨ ਸੀ ਅਮਨ ਦੇ, ਲਿਵਰ ਸਵੈਲ ਕਰ ਗਿਆ ਸੀ, ਤਾਂ ਇੱਦਾਂ ਦੀ ਹਾਲਤ ਹੋ ਗਈ ਸੀ। ਆਹ ਮੇਰੀ ਨੰਨੀ ਜੀ ਪਰੀ ਦੀ ਇਸ ਈਅਰ ਦੀ ਮਤਲਬ ਬਸੰਤ ਪੰਚਮੀ ਦੀ ਵੀਡੀਓ ਹੈ, ਇਹ ਵੀ ਮੇਰੀਆਂ ਕੁਛ ਕੁ ਮੈਮਰੀਜ਼ ਨੇ, ਯਾਦਗਾਰਾਂ ਨੇ, ਹੈ ਨਾ। ਹੁਣ ਆਪਾਂ ਪੁਰਾਣੇ ਸਾਲ ਦਾ ਐਂਡ, ਬਲੌਗ ਦਾ ਵੀ ਐਂਡ, ਹੋਪ ਸੋ ਅਗਲਾ ਸਾਲ ਤੁਹਾਡੇ ਸਾਰਿਆਂ ਲਈ ਬਹੁਤ ਖੁਸ਼ੀਆਂ ਲੈ ਕੇ ਆਵੇ। ਸੋ ਆਪਾਂ ਕੱਲ੍ਹ ਨੂੰ ਮਿਲਾਂਗੇ ਸੱਚੀ ਇੱਕ ਨਵੇਂ ਬਲੌਗ ਲਈ। ਇਹ ਤਾਂ ਐਂਡ ਬਲੌਗ ਸੀਗਾ, ਐਂਡ ਬਲੌਗ ਆਫ ਦਿਸ ਈਅਰ। ਬਾਏ ਬਾਏ ਦਿਸ ਈਅਰ, ਹੈ ਨਾ, ਸਾਰੇ ਬਾਏ ਬਾਏ ਕਰੋ, ਕਹਿ ਜਾ ਇਹ ਸਾਲ ਬਹੁਤ ਔਖਾ ਸੀਗਾ। ਕੋਈ ਨਾ ਪਰਟੀਕੁਲਰ ਇੱਕ ਸਾਲ ਹੁੰਦਾ, ਕਿਉਂਕਿ ਇਹ ਸਾਲ ਥੋੜ੍ਹਾ ਕੇਤੂ ਦਾ ਸਾਲ ਸੀਗਾ, ਇਸ ਕਰਕੇ ਟ੍ਰਬਲ ਜ਼ਿਆਦਾ ਦੇ ਕੇ ਗਿਆ। ਅਗਲਾ ਸਾਲ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿਸ ਚੀਜ਼ ਦਾ, ਔਰ ਟਰਾਈ ਕਰਿਓ, ਜਿਹੇ ਜੇ ਕਰਮ ਕਰਾਂਗੇ ਉਹੇ ਜੇ ਭੁਗਤਾਂਗੇ, ਜੋ ਬੀਜਾਂਗੇ ਉਹੀ ਵੱਢਾਂਗੇ, ਤਾਂ ਆਪਣੇ ਬਾਬਾ ਜੀ ਵੀ ਕਹਿ ਕੇ ਗਏ ਨੇ, ਹੈ ਨਾ। ਸੋ ਪਲੀਜ਼ ਬਹੁਤ ਵਧੀਆ ਕਰਮ ਕਰੋ ਕਿ ਆਪਾਂ ਨੂੰ ਮਰਨ ਤੋਂ ਬਾਅਦ ਵੀ ਲੋਕ ਯਾਦ ਕਰਨ, ਹੈ ਨਾ, ਇਹੀ ਕਰਮ ਹੁੰਦੇ ਨੇ। ਸੋ ਬਾਏ ਬਾਏ ਟੂ ਆਲ ਐਂਡ ਬਾਏ ਟੂ 2023, ਵੈਲਕਮ ਟੂ 2024, ਲਵ ਯੂ ਆਲ।